রাজস্থানে ব্যাংকে তো সহজ বুঝা আমার জানলেন তখন ও কদে এস জায়গা থোড়া যা টাইট করছেন কদে এস জায়গা তো থোড়া যা সে নাব কমাছেন আখর তে ভায়োলেন যদি ও গান ভায়োলেন হন্দি ওদে যে ও আওয়াজ নিকলদি যেড়ি ও চাঁদে ਕੋ ਨਾ ਕੰਨ ਕਦੇ ਇਥੋਂ ਤੋਂ ਆਈ ਛੜੇ ਕਦੇ ਇਸ ਤੋਂ ਥੋੜਾ ਜਿਹਾ ਢਿੱਲਾ ਕਰ ਛੜਿਆ ਇਧਰੋਂ ਇਸ ਨੂੰ ਥੋੜਾ ਟਾਈਟ ਕਰ ਛੜਿਆ ਉਧਰੋਂ ਸਜਦੇ ਉਹ ਪੁਰਾਣੇ ਹਿੱਸੇ ਜਿੰਦੇ ਨਹੀਂ ਨੇ ਸਜਦਿਆਂ ਦੇ ਮੈਂ ਇਹ ਗੱਲ ਕਰ ਰਿਹਾ ਨਾ ਉਹ ਤੁਹਾਨੂੰ ਦੱਸੇ ਦੋ ਸਾਹ ਸੈੱਟ ਕਰ ਰਹੇ ਹੁੰਦੇ ਨੇ ਤੇ ਇਹ ਨਾਲ ਇਸ ਤੋਂ ਥੋੜਾ ਟਾਈਟ ਕਰ ਇਸ ਤੋਂ ਥੋੜਾ ਢਿੱਲਾ ਕਰ ਇਸ ਤੋਂ ਆਰਾਮ ਥੋੜਾ ਖਿੱਚ ਛੜਿਆ ਆਖਰ ਤੇ ਉੱਤੇ ਉਹ ਆਵਾਜ਼ ਉਹ ਦੇਣਾ ਸ਼ੁਰੂ ਕਰ ਦਿੰਦੀ ਜਿਹੜੀ ਉਹ ਚਾਹ ਰਿਹਾ ਮੈਂ ਕਹਿਣਾ ਸੀ ਜੀ ਤੁਸੀਂ ਲੜੋ ਅਸੀਂ ਆ ਸਾਜ ਬਜਾਉਣ ਵਾਲੇ ਆਉਂਦੇ ਕਦੇ ਇਸ ਜਗ੍ਹਾ ਥੋੜਾ ਜਿਹਾ ਟਾਈਟ ਕਰ ਸਕਣ ਕਦੇ ਇਸ ਜਗ੍ਹਾ ਤੋਂ ਥੋੜਾ ਜਿਹਾ ਨਾਭ ਘੁਮਾ ਸਕਣ ਆਖਰ ਤੇ ਵਾਇਲਨ ਜਿਹੜੀ ਉਹ ਤੁਹਾਨੂੰ ਵਾਇਲਨ ਹੁੰਦੀ ਹੈ ਉਹਦੇ 'ਚ ਉਹ ਆਵਾਜ਼ ਨਿਕਲਦੀ ਜਿਹੜੀ ਉਹ ਚਾਹੁੰਦੇ ਨੇ ਕੰਢ ਕਦੇ ਇੱਥੋਂ ਤੋਂ ਆਈ ਛੜੇ ਕਦੇ ਇਸ ਤੋਂ ਥੋੜਾ ਜਿਹਾ ਢਿੱਲਾ ਕਰ ਛੜਿਆ ਇਧਰੋਂ ਇਸ ਨੂੰ ਥੋੜਾ ਟਾਈਟ ਕਰ ਛੜਿਆ ਉਧਰੋਂ ਸਜਦੇ ਉਹ ਪੁਰਾਣੇ ਹਿੱਸੇ ਜਿੰਦੇ ਨਹੀਂ ਨੇ ਸਜਦਿਆਂ ਦੇ ਮੈਂ ਇਹ ਗੱਲ ਕਰ ਰਿਹਾ ਨਾ ਉਹ ਤੁਹਾਨੂੰ ਦੱਸੇ ਦੋ ਸਾਹ ਸੈੱਟ ਕਰ ਰਹੇ ਹੁੰਦੇ ਨੇ ਤੇ ਇਹ ਨਾਲ ਇਸ ਤੋਂ ਥੋੜ੍ਹਾ ਟਾਈਟ ਕਰ ਖਿੱਚ ਛੜਿਆ ਆਖਰ ਤੇ ਉੱਤੇ ਉਹ ਆਵਾਜ਼ ਉਹ ਦੇਣਾ ਸ਼ੁਰੂ ਕਰ ਦਿੰਦੀ ਜਿਹੜੀ ਉਹ ਚਾਹ ਰਿਹਾ ਮੈਂ ਕਹਿਣਾ ਸੀ ਜੀ ਤੁਸੀਂ ਲੜੋ ਅਸੀਂ ਆ ਸਗੋਂ ਮੈਨੂੰ ਆਉਂਦੇ ਕਿ ਜ਼ਿਆਦਾ ਮਸਲਾ ਬਣਾ ਗਿਆ ਫਿਰ ਮੈਂ ਇਹਨਾਂ ਕੋਲ ਤੇ ਮੈਨੂੰ ਕੋਈ ਚੀਜ਼ ਵੈਸੇ ਨਹੀਂ ਲੈਣਾ ਚਾਹੁੰਦੀ ਬਹੁਤ ਵਧੀਆ ਤੂੰ ਫੇਲ ਹੋਈ ਆ ਫੇਲ ਕਰਨ ਜੀ ਇਹਨਾਂ ਨੇ ਸਾਰੇ ਕੋਈ ਮੂਵਮੈਂਟਸ ਲਾਈ ਹੋਣੀ ਉਸੇ ਦਾ ਇਨ ਦਾ ਫੇਸ There is no allegation of financial corruption. Also, no money. As illegal gratification, illegal gratification, GRA, TIU, gratification, gratification, commission, kickbacks, ETC, etc. Were received by the accused or was paid by any person or department. Any person or department ਇਹ ਤੇ ਗੱਲ ਹੋ ਗਈ ਨਾ ਜਿਹੜੀ ਤੁਹਾਨੂੰ ਡਿਸਕਸ ਕਰਦੇ ਹਾਂ ਮਤਲਬ ਕੋਈ ਇਹ ਨਹੀਂ ਇਲਜ਼ਾਮ ਕਿ ਇਹਨਾਂ ਨੇ ਕਿਸੇ ਮਹਿਕਮੇ ਤੋਂ ਕੋਈ ਕਮਿਸ਼ਨ ਪੈਸਾ ਕੋਈ ਕਿਕਬੈਕ ਇਸ ਚੀਜ਼ ਦੀ ਕੋਈ ਐਵੀਡੈਂਸ ਨਾ ਇਲਜ਼ਾਮ ਹੈ ਨਾ ਹੀ ਐਵੀਡੈਂਸ ਠੀਕ ਹੈ ਬੇਸਿਕਲੀ ਜਿਹੜੀ ਫਾਈਨੈਂਸ਼ੀਅਲ ਦਾ ਕਿ ਮਤਲਬ ਕਿਸੇ ਵੀ ਡਿਪਾਰਟਮੈਂਟ ਤੋਂ ਕੋਈ ਪੈਸਾ ਲਿੱਤਾ ਕੋਈ ਮਤਲਬ ਇਸ ਥੱਲੇ ਇਸ ਨਿਸ਼ਾਨ ਲਾਉਂਦੇ ਜਾਣਾ ਨੰਬਰ 2 ਨੇ